ਮੈਨੂੰ ਬਚਾ ਲੋ ਮੋਦੀ ਸੇ ਬਚਾ ਲੋ ਰੋਣ ਲੱਗਿਆ ਗਾਲਾਂ ਕੱਢਣ ਲੱਗਿਆ ਉਹਨੇ ਮੋਦੀ ਨੂੰ ਮਾਂ ਦੀ ਭੈਣ ਦੀ ਜੋ ਦੇ ਮੂੰਹ ਚ ਬੋਲੀਓ ਹੀ ਗਿਆ ਮੈਂ ਤਾਂ ਗੱਲ ਮੂੰਹ ਤੇ ਲਿਆ ਆਂ ਮੈਂ ਕਿਦੀ ਗਾਰ ਦੀ ਸੇ ਆਪਣੀ ਗੱਡੀ ਨਹੀਂ ਹੈਗੀ ਕਹਿੰਦਾ ਸ ਇਹ ਪਗੜੀ ਵਾਲੇ ਹਮੇ ਪਚਾ ਸਕਦੇ ਬਚਾ ਲੋ ਬਚਾ ਲੋ ਉਹ ਦਿੱਲੀ ਕੇ ਬਾਰਡਰ ਤੇ ਆ ਗਏ ਹਮ ਹਮਾਰੀ ਜਾਨ ਮੇ ਜਾਨ ਆ ਕੇ ਵਾਹ ਪੇ ਬੈਠੇ ਪਿੱਛੋਂ ਕਮੈਂਟਸ ਵੀ ਆਏ ਤੇ ਇਹ ਵੀ ਕਿਹਾ ਗਿਆ ਕਿ ਜੇ ਤੂੰ ਇਨਾਮ ਨਹੀਂ ਲਿਆ ਤਾਂ ਚਲੇ ਆ ਇਸੇ ਬਿठाਉਣ ਕੀ ਕਰਦਾ ਸਾਡੀ ਐਜੂਕੇਸ਼ਨ ਨੇ ਅਜੇ ਤੱਕ ਪੜਾਇਆ ਹੀ ਨਹੀਂ ਕਿ ਇੱਜ਼ਤ ਕੀ ਹੁੰਦੀ ਹੈ ਤੇ ਬੇਇੱਜ਼ਤੀ ਕੀ ਹੁੰਦੀ ਹੈ ਉਹਨਾਂ ਨੇ ਸਾਨੂੰ ਗੱਲ ਕਹਿਣੀ ਉਹ ਨਹੀਂ ਸਿਖਾਈ ਉਹਨਾਂ ਨੂੰ ਇਹ ਹੈ ਵੀ ਜੋ ਬੌਸ ਕਹਿੰਦਾ ਉਹ ਠੀਕ ਹੈ ਉਹ ਜਿਹੜਾ ਉਹ ਅੱਗੇ ਬੋਲ ਪਿਆ ਤੇ ਉਹ ਤਾਂ ਬਸ ਜ਼ਾਲਮ ਹੈ ਉਹਨੂੰ ਤਾਂ ਖਤਮ ਕਰ ਦੋ ਉਹ ਅਤੰਕਵਾਦੀ ਹੈ ਤੁਸੀਂ ਜਿਹੜੇ ਬੱਚੇ ਨੂੰ ਪਲੱਸ 1 ਡੰਮੀ ਐਡਮਿਸ਼ਨ ਤੇ ਕਰਵਾ ਰਹੇ ਹੋ ਤੇ ਉਹ ਬੱਚੇ ਨੂੰ ਸਿੱਖਿਆ ਕੀ ਦੇ ਰਹੇ ਹੋ ਉਬੀ ਅਗੇ ਡਮੀਓ ਬਣੂਗਾ ਬਿਲਕੁਲ ਜੀ ਫਿਰ ਸਾਰਾ ਦੇਸ਼ ਡਮੀ ਬਣੂਗਾ ਤੂੰ ਖਾਲੀ ਡਰਮ ਹੀ ਖੜਕੀ ਜਾਣਾ ਸਾਰੇ ਪਾਸੇ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਅਸੀਂ ਅੱਜ ਪਹੁੰਚੇ ਹਾਂ ਸ਼ਹਿਰ ਲੁਧਿਆਣਾ ਡਾਕਟਰ ਵਰਿੰਦਰਪਾਲ ਸਿੰਘ ਜੀ ਦੇ ਗ੍ਰਹਿ ਵਿਖੇ ਕਹਿੰਦੇ ਨੇ ਕਿ ਦਿੱਲੀ ਦਾ ਦਿਲ ਜਿਤਨਾ ਇਸ ਵੇਲੇ ਬਹੁਤ ਔਖਾ ਹੋਇਆ ਪਿਆ ਪਰ ਕਿਸਾਨਾਂ ਦਾ ਤੇ ਪੰਜਾਬੀਆਂ ਦਾ ਦਿਲ ਜਿਤਨਾ ਬੜਾ ਸੌਖਾ ਹੈ ਇਹਨਾਂ ਲਈ ਹੱਕ ਦਾ ਨਾਅਰਾ ਮਾਰੋ ਤੇ ਇਹ ਤੁਹਾਡੇ ਵੱਲ ਹੋ ਜਾਂਦੇ ਨੇ ਅਜਿਹੇ ਹੀ ਡਾਕਟਰ ਸਾਬਤ ਹੋਏ ਨੇ ਡਾਕਟਰ ਵਿਰਿੰਦਰਪਾਲ ਸਿੰਘ ਡਾਕਟਰ ਸਾਹਿਬ ਸਚਕਾਲ ਜੀ ਸਚਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਪੜ੍ਹ ਲਿਖ ਕੇ ਨੌਕਰੀ ਲੈ ਲੈਣੀ ਤੇ ਫਿਰ ਉਸ ਤੋਂ ਬਾਅਦ ਤਰੱਕੀ ਲੈਣੀ ਤੇ ਫਿਰ ਇਸੇ ਤਰ੍ਹਾਂ ਹੀ ਕੋਈ ਪੁਰਸਕਾਰ ਪ੍ਰਾਪਤ ਕਰਨਾ ਇਹ ਨਿਸ਼ਾਨਾ ਬਣਾ ਲੈਂਦੇ ਨੇ ਸਾਡੇ ਬਹੁਤ ਸਾਰੇ ਲੋਕ ਨੌਜਵਾਨ ਤੁਹਾਨੂੰ ਪੁਰਸਕਾਰ ਮਿਲਿਆ ਪੰਜਾਬ ਖੇਤੀਬਾੜੀ ਵਿਭਾਗ ਦੀ ਬਰਸ਼ਟੀ ਦੇ ਵਿੱਚ ਤੁਸੀਂ ਨੌਕਰੀ ਕਰਦੇ ਹੋ ਸੋਲਡ ਡਿਪਾਰਟਮੈਂਟ ਦੇ ਵਿੱਚ ਤੇ ਤੁਸੀਂ ਉਸ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਠੁਕਰਾ ਦਿੱਤਾ ਅਜਿਹਾ ਕਿਉਂ ਕੀਤਾ ਦੇਖੋ ਜੀ ਮਿਹੜੇ ਦੁਨਿਆਵੀ ਮਾਨ ਸਨਮਾਨ ਇਹਨਾਂ ਗੁਰਬਾਣੀ ਵਿੱਚ ਸਮਝਾਇਆ ਗਿਆ ਵੀ ਇਹ ਤੁਸ਼ ਨੇ ਤੇ ਇਹ ਇਹਨੂੰ ਸਵਾਹ ਵਾਂਗੂ ਕਿਹਾ ਗਿਆ ਕੁਸੂ ਸਭ ਨੂੰ ਸਵਾਹ ਕਹਿੰਦੇ ਆ ਕਿ ਦੁਨੀਆ ਕਿਹਾਂ ਵਿੜਿਆਈਆਂ ਅੱਗੀ ਸੇਤੀ ਝਾਲ ਇਹਨੂੰ ਰਾਖ ਕਰ ਦੇ ਸਭ ਤੋਂ ਪਹਿਲੀ ਸਾਡੀ ਇੱਕ ਨੈਤਿਕ ਜ਼ਿੰਮੇਵਾਰੀ ਹੁੰਦੀ ਆ ਸਾਡੀ ਜ਼ਮੀਰ ਸਾਰਿਆਂ ਨੂੰ ਦੱਸਦੀ ਆ ਕਿ ਅਸੀਂ ਕੀ ਗਲਤ ਕਰ ਰਹੇ ਆ ਕਿ ਠੀਕ ਕਰ ਰਹੇ ਆ ਪਰ ਜਿਹੜੀ ਤੁਸੀਂ ਗੱਲ ਕਹੀ ਆ ਕਿ ਇਹੀ ਹੁੰਦਾ ਵੀ ਆਪਾਂ ਨੂੰ ਉੱਚੇ ਅਹੁਦੇ ਤੇ ਕਿਵੇਂ ਪਹੁੰਚਣਾ ਹੈ ਉੱਚੇ ਅਹੁਦੇ ਤੇ ਪਹੁੰਚਣ ਲਈ ਕਿੰਨੇ ਝੂਠ ਬੋਲਣੇ ਪੈਣ ਜੋ ਕਰਨਾ ਪਵੇ ਦੁਨੀਆ ਅੱਖਾਂ ਸਾਹਮਣੇ ਕੁਝ ਹੋਈ ਜਾਵੇ ਕਰੀ ਚੱਲੋ ਅਸੀਂ ਜਰੂਰ ਮਨਾਉਨੇ ਆ ਦਿਹਾੜੇ ਭਗਤ ਸਿੰਘ ਦੇ ਕਰਤਾਰ ਸਿੰਘ ਸਰਾਭੇ ਦੇ ਪਰ ਸਾਡੇ ਕਲਚਰ ਵਿੱਚੋਂ ਗਾ ਨਿਕਲਦੀ ਜਾ ਰਹੀ ਆ ਸੱਚ ਨੂੰ ਕਲ ਕਹਿ ਦੇਣ ਦੀ ਜ਼ਰੂਰਤ ਸਾਡੇ ਵਿੱਚ ਨਹੀਂ ਹੈ ਸੋ ਮੈਨੂੰ ਇਹ ਗੁਰਬਾਣੀ ਤੋਂ ਸੋਝੀ ਮਿਲੀ ਹੈ ਤੇ ਮੈਨੂੰ ਕੋਈ ਏਡਾ ਵੱਡਾ ਕੰਮ ਨਹੀਂ ਲੱਗਦਾ ਮੈਨੂੰ ਲੱਗਦਾ ਮੈਂ ਤਾਂ ਆਪਣੀ ਜ਼ਿੰਮੇਵਾਰੀ ਛੋਟੀ ਜੀ ਨਿਭਾਈ ਹੈ ਮੈਂ ਇੱਕ ਸਧਾਰਨ ਜਿਹਾ ਆਦਮੀ ਹਾਂ ਮੈਂ ਤਾਂ ਆਪਣਾ ਪਿਆਰ ਨਾਲ ਇਹ ਕਿਹਾ ਵੀ ਮੈਂ ਨਹੀਂ ਲੈਣਾ ਕਿਉਂਕਿ ਤੁਸੀਂ ਕਿਸਾਨ ਨਾਲ ੱਤਕਾ ਕਰ ਰਹੇ ਹੋ ਤੇ ਮੇਰੀ ਖੋਜ ਕਿਸਾਨ ਨਾਲ ਸੰਬੰਧਿਤ ਹੈ ਤੇ ਮੈਂ ਕਿਸਾਨ ਦੇ ਭਲੇ ਲਈ ਕੰਮ ਕੀਤਾ ਹੈ ਤੁਸੀਂ ਕਿਸਾਨ ਦਾ ਨੁਕਸਾਨ ਕਰਨ ਦੇ ਤਲੇ ਹੋਇਓ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ ਇਸ ਕਰਕੇ ਮੇਰੀ ਭਾਈ ਹੱਥ ਵਨ ਕੇ ਬੇਨਤੀ ਹੈ ਵੀ ਇਹ ਮੈਂ ਨਹੀਂ ਲੈਣਾ ਇੰਨੀ ਕੀ ਗੱਲ ਹੈ ਜਦੋਂ ਆਪ ਜੀ ਨੂੰ ਪੁਰਸਕਾਰ ਮਿਲਣ ਦਾ ਐਲਾਨ ਹੋਇਆ ਜ਼ਾਹਿਰ ਹੈ ਕਿ ਪਹਿਲਾਂ ਤੋਂ ਆਪ ਜੀ ਨੂੰ ਪਤਾ ਹੋਵੇਗਾ ਸੋ ਆਪ ਜੀ ਦਾ ਮੂਡ ਉੱਥੇ ਜਾ ਕੇ ਬਣਿਆ ਪੁਰਸਕਾਰ ਨਾ ਲੈਣ ਦਾ ਕਿ ਪਹਿਲਾਂ ਤੋਂ ਤੁਸੀਂ ਤਿਆਰੀ ਕਰਕੇ ਗਏ ਸੀ ਦੇਖੋ ਪੁਰਸਕਾਰ ਮਿਲਣ ਦਾ ਮੈਨੂੰ 6 ਨਵੰਬਰ ਨੂੰ ਪਤਾ ਲੱਗ ਗਿਆ ਸੀ ਮੈਨੂੰ ਚਿੱਠੀ ਆ ਗਈ ਸੀ ਯੂਨੀਵਰਸਿਟੀ ਨੂੰ ਚਿੱਠੀ ਆ ਗਈ ਸੀ ਤੇ ਪਰ ਐ ਵੀ ਮੈਂ ਉਸ ਵੇਲੇ ਨੂੰ ਮੋੜਨ ਦਾ ਮੇਰਾ ਕੋਈ ਵਿਚਾਰ ਨਹੀਂ ਸੀਗਾ ਤੇ ਜਿਉਂ-ਜਿਉਂ ਗੱਲਾਂ ਵਧਦੀਆਂ ਗਈਆਂ ਸਮੀਕਰਨ ਇਦਾਂ ਦੇ ਬਣਦੇ ਗਏ ਕਿ ਕਿਸਾਨ ਦੋਵੇਂ ਵਾਲੀ ਸੜਕ ਤੇ ਚਾਰਾ ਬੈਠਾ ਉਹਦੀ ਗੱਲ ਹੀ ਨਾ ਸੁਣੀ ਗਈ ਪੰਦਰਾਂ ਦਿੱਲੀ ਬੈਠੇ ਨੋਗੇ ਉੱਥੇ ਵੀ ਉਲਟਾ ਕਿਸਾਨ ਨੂੰ ਇਹ ਕਹਿ ਦਿੱਤਾ ਗਿਆ ਤਾਂ ਅੱਤਵਾਦੀ ਨੇ ਸੋ ਪਹਿਲੀ ਤਾਂ ਮੇਰੇ ਕਹਿ ਲੋ ਦਿਲ ਦਿਮਾਗ ਨੂੰ ਉਸ ਚੀ ਨੇ ਹਿਲਾਉਣਿਆ ਵੀ ਯਾਰ ਉਹ ਸਾਡੇ ਸਮਾਜ ਦੇ ਲੋਕ ਜਿਹੜੇ ਸਾਨੂੰ ਅੰਨ ਪੈਸਾ ਕਰਕੇ ਦਿੰਦੇ ਨੇ ਹੁਣ ਕੋਈ ਆਪਣੀ ਮਾਂ ਨੂੰ ਅੱਤਵਾਦੀ ਕਹਿ ਦੂ ਕੋ ਜੀ 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 ਬਿਲਕੁਲ ਨਹੀਂ ਮਾਂ ਦੇ ਮਾਂ ਬੱਚੇ ਉਹ ਤੇ ਚਪੇੜ ਮਾਰ ਦਵੇ ਹੈ ਮਤਲਬ ਕਿ ਇਹ ਇਹ ਜਿਹੜਾ ਕਿਸਾਨ ਹੈ ਨਾ ਸਾਡੀ ਮਾਂ ਤੋਂ ਵੀ ਵੱਡਾ ਹੈ ਇਹ ਪਹਿਲਾਂ ਪੈਦਾ ਕਰਦਾ ਫਿਰ ਸਾਡੀ ਮਾਂ ਦੇ ਹੱਥ ਵਿੱਚ ਆਉਂਦਾ ਉਹ ਗੁੱਨ ਕੇ ਸਾਨੂੰ ਖੋਹਉਂਦੀ ਐ ਸੋ ਕਿਸਾਨ ਨੂੰ ਜਿਹੋ ਨੇ ਇਹ ਕਿਹਾ ਨਾ ਮੀਡੀਆ ਨੇ ਆਤਵਾਦੀ ਆ ਉਦੋਂ ਮੇਰੇ ਮਨ 'ਚ ਆਇਆ ਇਹ ਵੀ ਨਹੀਂ ਆਇਆ ਕਿ ਮੈਂ ਅਵਾਰਡ ਮੋੜਨਾ ਪਰ ਮੈਨੂੰ ਦਰਦ ਬਹੁਤ ਵੱਡਾ ਹੋਇਆ ਮੈਨੂੰ ਸਮਝ ਨਹੀਂ ਆਉਂਦਾ ਜੀ ਮੈਂ ਇਹ ਦਰਦ ਵੰਡਾਵਾ ਕਿਵੇਂ ਸੋ ਥੋੜੀ ਥੋੜੀ ਮਾਈਂਡ ਵਿੱਚ ਇਦਾਂ ਦੀ ਗੱਲ ਚੱਲਦੇ ਰਹੇ ਯਾਰ ਇਹ ਅਵਾਰਡ ਲੈਣਾ ਨਹੀਂ ਚਾਹੀਦਾ ਲੈਣਾ ਪਰ ਇਹ ਕਿਵੇਂ ਮੋੜਨਾ ਹੈ ਇਹ ਤਾਂ ਮੈਨੂੰ ਉੱਥੇ ਦਿੱਲੀ ਜਾ ਕੇ ਫੈਸਲਾ ਮੇਰੇ ਅੰਦਰੋਂ ਆਤਮਾ ਨੇ ਜਦੋਂ ਮੇਰੀ ਬੋਲੀ ਆ ਮੈਂ ਉੱਥੋਂ ਜਦੋਂ 에어ਪੋਰਟ ਤੋਂ ਉੱਥਰੇ ਆ ਨਾ ਤੇ ਮੈਟਰੋ ਸਟੇਸ਼ਨ ਵੱਲ ਜਾਣਾ ਸੀਗਾ ਤੇ ਮੈਂ ਤੁਰਿਆ ਜਾ ਰਹੀ ਸੀ ਮੇਰੇ ਕੋਲ ਇੱਕ ਆਟੋ ਰਿਕਸ਼ਾ ਵਾਲ ਆ ਗਿਆ ਮੈਨੂੰ ਕਹਿੰਦਾ ਸਰਦਾਰ ਜੀ ਗਾੜੀ 'ਚ ਮੈਂ ਬੈਠ ਜਾਓ ਤੇ ਮੈਂ ਕਿਹਾ ਸਾਹਮਣੇ ਆ ਮੈਂ ਆਟੋ ਮੈਂ ਨੇੜੇ ਆ ਗਿਆ ਸੀਗਾ ਇਹ ਆਪਣਾ ਮੈਟਰੋ ਸਟੇਸ਼ਨ ਸਾਹਮਣੇ ਹੀ ਆ ਮੈਂ ਹੁਣ ਉੱਥੇ ਤੁਰ ਚਲੇ ਜਾਣਾ ਨਹੀਂ ਕਹਿੰਦਾ ਸਰਦਾਰ ਜੀ ਗਾੜੀ 'ਚ ਪੈਰ ਤੋਂ ਡਾਲਦੀ ਤੇ ਮੈਂ ਕਿਹਾ ਵੀ ਸ਼ਾਇਦ ਲੋਡ ਬੰਦ ਹੋਣਾ ਇਹਨੂੰ ਜੋ ਸਿਰੇ ਇੱਕ ਗਾਹਕ ਮਿਲ ਜੂਗਾ ਸਿਰੇ ਪੌਣੇ ਘੱਟ ਦਾ ਵ ਮੈਂ ਗੱਡੀ 'ਚ ਬੈਠਣ ਲੱਗਿਆ ਉਹਨੂੰ ਪੁੱਛ ਬੈਠਾ ਜਿਵੇਂ ਆਪਾਂ ਆਮ ਪੁੱਛਦੇ ਦਾ ਵੀ ਭਈਆ ਕਿੰਨੇ ਪੈਸੇ ਲਾਉਂਗੇ ਤੇ ਨਾ ਉਹ ਮੈਨੂੰ ਬਸ ਰੋਕ ਹੀ ਕਹਿਣ ਲੱਗਿਆ ਸਤਾਰ ਸੀ ਆਪਸੇ ਲੈਣੇ ਕਾ ਨਹੀਂ ਦੇਣੇ ਕਾ ਹੈ ਸੇ ਆਪ ਬੈਠ ਗਏ ਉਹ ਮੇਰੇ ਲਈ ਇਹ ਬਹੁਤ ਮੈਨੂੰ ਬਚਾ ਲਓ ਮੋਦੀ ਸੇ ਬਚਾ ਲਓ ਰੋਣ ਲੱਗਿਆ ਗਾਲ੍ਹਾਂ ਕੱਢਣ ਲੱਗਿਆ ਉਹਨੇ ਮੋਦੀ ਨੂੰ ਮਾਂ ਦੀ ਭੈਣ ਦੀ ਜੋ ਦੇ ਮੂੰਹ 'ਚ ਬੋਲੀ ਹੋਈ ਗਿਆ ਉਹ ਮੈਂ ਤਾਂ ਗੱਲ ਮੂੰਹ 'ਚ ਲਿਆ ਨਹੀਂ ਸੀ ਤਾਂ ਮੈਂ ਕਦੀ ਗਾਰਡ ਸੇ ਆਪਣੀ ਗੱਡੀ ਨਹੀਂ ਹੈਗੀ ਤੇ ਮੈਂ ਜਦੋਂ ਉਹ ਬੋਲੀ ਗਿਆ ਬੋਲੀ ਗਿਆ ਮੈਂ ਕਿਹਾ ਭਰਾ ਉਹ ਪਲਾ ਮੰਗ ਪਲਾ ਮੰਗ ਹੋ ਗਈ ਗਿਆ ਤੇਰਾ ਨੁਕਸਾਨ ਕਿ ਹੋ ਗਿਆ ਜੋ ਤਾਂ ਹਾਂ ਮਾਰ ਕੇ ਰੋਈ ਗਿਆ ਉਹਨੇ ਮੈਨੂੰ ਕੁਝ ਨਹੀਂ ਦੱਸਿਆ ਕਹਿੰਦਾ ਅਸੀਂ ਪਗੜੀ ਵਾਲੇ ਹਮੇ ਬਚਾ ਸਕਦੇ ਹਾਂ ਬਚਾ ਲੋ ਹਮੇ ਬਚਾ ਲੋ ਉਹ ਦਿੱਲੀ ਕੇ ਬਾਰਡਰ ਤੇ ਆ ਗਏ ਹਮਾਰੀ ਜਾਨ ਮੇ ਜਾਨ ਆ ਕੇ ਵਾਹ ਪੇ ਬੈਠੇ ਆ ਹੋ ਸੋ ਉਹਦੇ ਮਨ ਜਿੰਨਾ ਸਤਕਾਰ ਸੀ ਮੈਨੂੰ ਇਹ ਲੱਗਿਆ ਵੀ ਪੰਜਾਬੀਆਂ ਤੋਂ ਸਾਰੇ ਦੇਸ਼ ਦੇ ਨਾਗਰਿਕ ਬੜੀ ਵੱਡੀ ਆਸ ਲਾਈ ਬੈਠੇ ਤੇ ਸਾਨੂੰ ਹਾਂ ਦਾ ਨਾਰਾ ਮਾਰਨਾ ਚਾਹੀਦਾ ਸਾਨੂੰ ਸਰਕਾਰ ਨੂੰ ਕਹਿਣਾ ਚਾਹੀਦਾ ਕਿ ਲੋਕਾਂ ਦੀ ਗੱਲ ਸੁਣੋ ਸੋ ਗੱਲ ਸਿਰਫ ਕਿਸਾਨੀ ਦੇ ਬਿਲਾਾਂ ਦੀ ਨਹੀਂ ਹੈ ਭਾਜੀ ਸਾਡੇ ਸਾਰੇ ਪਾਸੇੜਾਵਾ ਉੱਤਿਆ ਹੋਇਆ ਮੈਂ ਸੋਚਦਾ ਹੁੰਨਾ ਵੀ ਆਹ ਵਿਦਿਆ ਹੈਗੀ ਐ ਇਹਦਾ ਕਿੰਨਾ ਵਪਾਰ ਹੋਇਆ ਡਮੀ ਐਡਮਿਸ਼ਨਾਂ ਜਾਂ ਕੀ ਡਰਾਮਾ ਜਾਂ ਕਰੀ ਜਾਂਦੇ ਨੇ ਕਿਹਨੂੰ ਨਹੀਂ ਪਤਾ ਡਮੀ ਐਡਮਿਸ਼ਨਾਂ ਨਹੀਂ ਹੁੰਦੀਆਂ ਸਾਰਿਆਂ ਨੂੰ ਪਤਾ ਏ ਤੇ ਫਿਰ ਕਿ ਇਹਨੂੰ ਕਿਉਂ ਨਹੀਂ ਰੋਕ ਦਿੰਦੇ ਕੀ ਸਿੱਖਿਆ ਬੋਰਡ ਨੂੰ ਨਹੀਂ ਪਤਾ ਕਿ ਸਾਡੇ ਸਿੱਖਿਆ ਮੰਤਰੀ ਨੂੰ ਨਹੀਂ ਪਤਾ ਜਿੰਨਾ ਤੁਹਾਡਾ ਬ੍ਰੇਨ ਐ ਸਾਰਾ ਡਮੀ ਐਡਮਿਸ਼ਨਾਂ ਲੈ ਕੇ ਪੜਦਾ ਤੇ ਉਹ ਫਿਰ ਉਦਾਂ ਹੀ ਉਹ ਉੰਪੀ ਪ੍ਰਧੰਤਾ ਹੁਣ ਮੈਨੂੰ ਸੋਚੋ ਤੁਸੀਂ ਜਿਹੜੇ ਬੱਚੇ ਨੂੰ ਪਲੱਸ 1 ਡਮੀ ਐਡਮਿਸ਼ਨ ਤੇ ਕਰਵਾ ਰਹੇ ਹੋ ਤੇ ਉਹ ਬੱਚੇ ਨੂੰ ਸਿੱਖਿਆ ਕੀ ਦੇ ਰਹੇ ਹੋ ਉਹ ਵੀ ਅੱਗੇ ਡਮਿਓ ਬਣੂਗਾ ਬਿਲਕੁਲ ਜੀ ਤੇ ਫਿਰ ਸਾਰਾ ਦੇਸ਼ ਦੰਮੀ ਬਣੂਗਾ ਤੂੰ ਖਾਲੀ ਡਰਮ ਹੀ ਖੜਕੀ ਜਾਣਾ ਸਾਰੇ ਪਾਸੇ ਸੋ ਸਿਰਫ ਕਿਸਾਨਾਂ ਦਾ ਮੁੱਦਾ ਹੀ ਨਹੀਂ ਮੁੱਦੇ ਇੰਨੇ ਜ਼ਿਆਦਾ ਨੇ ਜਿਨ੍ਹਾਂ ਦੇ ਕਾਰਨ ਹਰ ਨਾਗਰਿਕ ਦੁਖੀ ਹੈ ਪਰ ਇਹ ਹਿੰਮਤ ਕੋਈ ਨਹੀਂ ਕਰਦਾ ਕਿ ਮੈਂ ਆਪਣੀ ਗੱਲ ਕਹਿ ਦਵਾਂ ਸੋ ਮੈਂ ਬਤੌਰ ਕਿਸਾਨੀ ਨਾਲ ਜੁੜਿਆ ਹੋਣ ਕਰਕੇ ਕਿਸਾਨੀ ਕਿਸਾਨੀ ਸੰਕਟ ਵਿੱਚ ਹੋਣ ਕਰਕੇ ਤੇ ਮੈਂ ਸਮਝਿਆ ਕਿ ਇਹ ਇੱਕ ਬਹੁਤ ਵਧੀਆ ਮੌਕਾ ਹੈਗਾ ਦੁਨੀਆ ਨੂੰ ਇਹ ਗੱਲ ਦੱਸਣ ਦਾ ਕਿ ਸਾਡੀ ਨਾਗਰਿਕਾਂ ਦੀ ਗੱਲ ਸਰਕਾਰ ਨਹੀਂ ਸੁਣ ਰਹੀ ਤੇ ਉਹਨੂੰ ਸੁਣਨੀ ਚਾਹੀਦੀ ਹੈ। ਸਦਾਰ ਸਾਹਿਬ ਜਦੋਂ ਤੁਸੀਂ ਇਨਾਮ ਲੈਣ ਦਾ ਤੁਹਾਨੂੰ ਐਲਾਨ ਹੋਇਆ ਤੇ ਸਟੇਜ ਤੇ ਤੁਸੀਂ ਗਏ ਹੋ। ਉੱਥੇ ਕੇਂਦਰ ਦੇ ਵਜ਼ੀਰ ਹੋਰ ਉੱਚ ਅਧਿਕਾਰੀ ਉੱਥੇ ਮੌਜੂਦ ਸਨ। ਤੇ ਤੁਸੀਂ ਉਹਨਾਂ ਦੇ ਸਾਹਮਣੇ ਖੜੇ ਹੋ ਕੇ ਬੜੇ ਸਤਿਕਾਰ ਸਹਿਤ ਉਹਨਾਂ ਨੂੰ ਇਨਾਮ ਲੈਣ ਤੋਂ ਨਾ ਕਰ ਦਿੱਤੀ। ਔਰ ਬੜਾ ਵੱਡਾ ਜੇਰਾ ਚਾਹੀਦਾ ਹੈ। ਔਰ ਤੁਹਾਨੂੰ ਇਹ ਵੀ ਉੱਥੇ ਕਿਹਾ ਗਿਆ ਕਿ ਤੁਸੀਂ ਇੱਥੇ ਮੰਤਰੀ ਸਾਹਿਬ ਆਏ ਹੋਏ ਨੇ ਤੇ ਤੁਸੀਂ ਉਹਨਾਂ ਦੇ ਹੱਥੋਂ ਪੁਰਸਕਾਰ ਜ਼ਰੂਰ ਲਓ। ਤੇ ਜ਼ਾਹਿਰ ਹੈ ਕਿ ਆਮ ਲੋਕਾਂ ਦੇ ਮਨ ਵਿੱਚ ਇਸ ਤਰ੍ਹਾਂ ਵੀ ਆਉਂਦਾ ਕਿ ਇਸ ਤੋਂ ਬਾਅਦ ਜਿਹੜੀਆਂ ਰੈਪਲੀਕੇਸ਼ਨਸ ਹੋਣਗੀਆਂ ਉਹ ਕਿਸ ਤਰ੍ਹਾਂ ਦੀਆਂ ਹੋਣਗੀਆਂ ਤੇ ਤੁਸੀਂ ਤਿਆਰ ਹੋ ਉਹਦੇ ਲਈ ਦੇਖੋ ਜੀ ਜਿਨ੍ਹਾਂ ਨੇ ਛੋਟੇ ਸ਼ਹਿਬਜਾਦਿਆਂ ਦੀਆਂ ਸਾਖੀਆਂ ਸੁਣੀਆਂ ਹੋਣ ਕਿ ਸੂਬਾ ਸਰਹੰਦ ਉਸ ਵੇਲੇ ਉਹ ਤਾਕਤ ਸੀ ਜਿਹਦੇ ਸਿਰ 'ਚ ਦਰਦ ਹੁੰਦਾ ਸੀ ਤੇ ਦਿੱਲੀ 'ਚੋਂ ਬੁਖਾਰ ਚੜ੍ਹ ਜਾਂਦਾ ਸੀ ਤੇ ਸਾਡੀਆਂ ਰਗਾਂ ਦੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਖੂਨ ਹੈ ਤੇ ਸਾਨੂੰ ਇਸ ਗੱਲ ਦਾ ਪੂਰਾ ਪਰ ਉਸ ਆਕਾਲ ਖੁਦੀ ਰਜ਼ਾ ਤੋਂ ਬਿਨਾ ਕੁਝ ਨਹੀਂ ਹੁੰਦਾ ਸਰਕਾਰ ਵਿੱਚ ਵੀ ਆਕਾਲ ਖੁਦ ਬੈਠਾ ਮੇਰੇ ਵਿੱਚ ਵੀ ਉਹ ਬੈਠਾ ਹੈ ਜਿਉਂ ਨੇ ਮਾਰਨਾ ਤਾਂ ਉਹਨੇ ਮਾਰ ਦੇਣਾ ਉਹਨੇ ਜਵਾਲਣਾ ਤਾਂ ਉਹਨੇ ਜਵਾਲ ਲੈਣਾ ਇਹ ਭਰਮ ਸਮਾਜ ਦਾ ਨਿਕਲੂਗਾ ਤਾਂ ਹੀ ਸਮਾਜ ਦਾ ਵਿਕਾਸ ਹੋਊਗਾ ਇਸੇ ਕਰਕੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਬੱਚਿਆਂ ਨੂੰ ਇਤਿਹਾਸ ਸੁਣਾਉਣਾ ਜੁੜਿੰਦਾ ਤਾਂ ਹੀ ਅਸੀਂ ਕੁਝ ਕਰ ਸਕਦੇ ਆਏ ਸਾਡੇ ਮੈਂ ਕਹਿੰਦਾ ਸਮਾਜ ਦੀ ਇਹ ਵਿਡੰਬਣਾ ਹੈਗੀ ਸਮਾਜ ਦੀ ਗਰਾਵਿਟੀ ਦਾ ਕਾਰਨ ਹੀ ਹੈ ਕਿ ਉਹਨਾਂ ਨੂੰ ਆਪਣੇ ਪੁਰਖਿਆਂ ਦਾ ਇਤਿਹਾਸ ਨਹੀਂ ਪਤਾ ਸੋ ਸਾਡਾ ਇਤਿਹਾਸ ਐਡਾ ਵੱਡਾ ਤੇ ਇਹਦੇ ਵਿੱਚ ਕੀ ਹੋਣਾ ਕੀ ਨਹੀਂ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਜਿਵੇਂ ਤੁਸੀਂ ਮੀਡੀਆ ਮੈਨੂੰ ਬਾਰ ਬਾਰ ਆ ਕੇ ਸਵਾਲ ਕਰਦਾ ਇੱਥੋਂ ਮੈਂ ਮੀਡੀਆ ਨੂੰ ਗੱਲ ਮੀਡੀਆ ਰਾਹੀਂ ਸਾਰਿਆਂ ਨੂੰ ਗੱਲ ਕਹਿਣੀ ਚਾਹੁੰਦਾ ਕਿ ਇਹ ਗੱਲ ਪ੍ਰਤੱਖ ਸਬੂਤ ਹੈ ਕਿ ਸਾਡਾ ਸਮਾਜ ਬਹੁਤ ਡਰਿਆ ਹੋਇਆ ਔਰ ਵਾਕਈ ਡਰਿਆ ਹੋਇਆ ਤੇ ਇਹ ਡਰ ਨੂੰ ਤੋੜੂਗਾ ਕੌਣ ਤੁਹਾਨੂੰ ਭਗਤ ਸਿੰਘ ਦੇ ਸ਼ਹੀਦੀ ਦੇਵਸੀ ਬਣਾਈ ਜਾਣੀ ਆ ਭਗਤ ਸਿੰਘ ਦੀ ਗੱਲ ਕੋਈ ਨਹੀਂ ਮੰਨਣੀ ਮੈਂ ਕਿ ਬੰਬ ਤਾਂ ਹੀ ਚਲਾਤਾ ਉੱਥੇ ਜਾ ਕੇ ਮੈਂ ਮੈਂ ਸਤਕਾਰ ਸੇ ਤਾਂ ਆਪਣੀ ਗੱਲ ਰੱਖੀ ਐ ਜੇ ਸਾਡੇ ਅਫਸਰ ਇੰਨੀ ਵੀ ਜ਼ੋਰਤ ਨਹੀਂ ਰੱਖਦੇ ਪੜ੍ਹਾਈ ਕਰ ਕਰਕੇ ਮੈਂ ਕਹਿੰਦਾ ਅੱਗ ਲਾਉਣੀ ਹੈ ਉਹ ਜਿਹੜੀ ਪੜ੍ਹਾਈ ਨੂੰ ਅਨਪੜ੍ਹੀ ਚੰਗੇ ਫਿਰਦਾ ਸੀ ਸਰਦਾਰ ਸਾਹਿਬ ਮੈਂ ਇਹ ਤਾਂ ਤੁਹਾਨੂੰ ਨਹੀਂ ਕਹਾਂਗਾ ਕਿ ਸੱਚੋ ਸੱਚ ਦੱਸਿਓ ਕਿਉਂਕਿ ਗੱਲਾਂ ਤੁਸੀਂ ਸਾਰੀਆਂ ਸੱਚੀਆਂ ਕਰ ਰਹੇ ਹੋ ਜਦੋਂ ਤੁਸੀਂ ਉੱਥੇ ਇਨਾਮ ਲੈਣ ਤੋਂ ਨਾਂ ਕਰ ਦਿੱਤੀ ਪੁਰਸਕਾਰ ਲੈਣ ਤੋਂ ਤੁਹਾਡੇ ਉੱਥੇ ਨਾਲ ਮੌਜੂਦ ਸੰਗੀ ਸਾਥੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਤੁਹਾਡੇ ਸੀਨੀਅਰ ਤੁਹਾਡੇ ਜੂਨੀਅਰ ਤੇ ਹੋਰ ਸੰਗੀ ਸਾਥੀ ਕੋਲੀਗਜ਼ ਵੱਲੋਂ ਕਿਸ ਤਰ੍ਹਾਂ ਦੇ ਪ੍ਰਤੀਕਰਮ ਆਏ ਉਹ ਵੀ ਸਾਨੂੰ ਦੱਸੋ ਜਿਵੇਂ ਜਦੋਂ ਮੈਂ ਉੱਥੋਂ ਵਾੜ ਲੈਣ ਤੋਂ ਨਾਂ ਕੀਤੀ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਮੈਂ ਸੱਚ ਬੋਲਣ ਨੂੰ ਕਿਹਾ ਮੈਂ ਤਾਂ ਪਹਿਲਾਂ ਹੀ ਸੱਚ ਬੋਲ ਰਹੀ ਆ ਸੱਚ ਤੋਂ ਬਿਨਾ ਤਾਂ ਮੈਂ ਇਹ ਕੰਮ ਕਰ ਹੀ ਨਹੀਂ ਸਕਦਾ ਇਹ ਸੰਭਵ ਹੀ ਨਹੀਂ ਸੀ ਜਿਹੜਾ ਮੈਂ ਕਿਹਾ ਤੇ ਮੇਰੇ ਕੋਲ ਇਹ ਹੈ ਹੀ ਸੱਚ ਹੈ ਤੇ ਮੇਰੇ ਕੋਲ ਝੂਠ ਨਾਣ ਦੀ ਕੋਈ ਚੀਜ਼ ਨਹੀਂ ਹੈ ਉੱਥੇ ਦੋਨੋਂ ਤਰ੍ਹਾਂ ਦੇ ਪ੍ਰਤੀਕਰਮ ਆਏ ਮੇਰੀ ਵਿਰੋਧਤਾ ਵੀ ਹੋਈ ਪਿੱਛੋਂ ਕਮੈਂਟਸ ਵੀ ਆਏ ਤੇ ਇਹ ਵੀ ਕਿਹਾ ਗਿਆ ਕਿ ਜੇ ਤੂੰ ਨਾਮ ਨਹੀਂ ਲਿਆ ਤਾਂ ਚੱਲਿਆ ਇਥੇ ਬਿਠਾਣ ਕੀ ਕਰਦਾ ਮੈਨੂੰ ਇਦਾਂ ਵੀ ਪ੍ਰਵੋਕ ਕੀਤਾ ਮੈਨੂੰ ਮੈਂ ਇਹਨੂੰ ਪ੍ਰਵੋਕ ਹੀ ਕਿਉਂਗਾ ਵੀ ਕੁਝ ਬੋਲ ਲੈ ਹੁਣੇ ਹੁਣ ਤੱਕ ਤਾਂ ਮੈਂ ਨਿਮਰਤਾ ਵਿੱਚ ਰਿਹਾ ਸੀਗਾ ਤੇ ਉਹ ਪਿੱਛੋਂ ਮੈਨੂੰ ਇਹਦੀਆਂ ਆਵਾਜ਼ਾਂ ਆ ਕੇ ਕਹਿ ਰਹੀਆਂ ਸੀ ਵੀ ਤੂੰ ਇੱਥੇ ਕੀ ਬਿਠਾ ਕਰਦਾ ਵੀ ਮੰਤਰੀ ਤੂੰ ਬੇਇੱਜ਼ਤੀ ਕੀਤੀ ਹੈ ਚੱਲਿਆ ਜਾ ਮੈਂ ਮੰਤਰੀ ਦੀ ਬੇਇੱਜ਼ਤੀ ਕਦੋਂ ਕੀਤੀ ਹੈ ਦੁਨੀਆਂ ਦਾ ਕੋਈ ਵਿਦਵਾਨ ਕਹਿ ਦੇਵੇ ਕਿ ਮੰਤਰੀ ਮੈਂ ਤਾਂ ਹੱਥ ਬੰਨ੍ਹ ਹੀ ਜਾਂਦਾ ਹਾਂ ਮੈਂ ਉਹਦੀ ਕਿਤੋਂ ਬੇਇਜ਼ਤੀ ਕੀਤੀ ਹੈ ਪਰ ਉਹ ਮੈਨੂੰ ਕਹਿ ਰਹੀ ਸੀ ਉਹ ਇਹਨੂੰ ਬੇਇਜ਼ਤੀ ਸਮਝ ਰਹੀ ਸੀ ਕਿਉਂਕਿ ਸਾਡੀ ਐਜੂਕੇਸ਼ਨ ਨੇ ਅਜੇ ਤੱਕ ਪੜਾਇਆ ਹੀ ਨਹੀਂ ਕਿ ਇੱਜ਼ਤ ਕੀ ਹੁੰਦੀ ਹੈ ਤੇ ਬੇਇਜ਼ਤੀ ਕੀ ਹੁੰਦੀ ਹੈ ਉਹਨਾਂ ਨੇ ਸਾਨੂੰ ਗੱਲ ਕਹਿਣੀ ਵੀ ਨਹੀਂ ਸਿਖਾਈ ਉਹਨਾਂ ਨੂੰ ਇਹ ਹੈ ਵੀ ਜੋ ਬੌਸ ਕਹਿੰਦਾ ਉਹ ਠੀਕ ਹੈ ਉਹ ਜਿਹੜਾ ਉਹ ਅੱਗੇ ਬੋਲ ਪਿਆ ਤੇ ਉਹ ਤਾਂ ਬਸ ਜ਼ਾਲਮ ਹੈ ਉਹਨੂੰ ਤਾਂ ਖਤਮ ਕਰ ਦਿਓ ਉਹ ਅਤੰਕਵਾਦੀ ਹੈ ਤੇ ਇਹ ਗੱਲ ਨਹੀਂ ਮੈਂ ਉੱਥੋਂ ਜਿਹੜਾ ਪ੍ਰਤੀਕਰਮ ਇਹਦਾ ਦਾ ਆਇਆ ਕਿ ਤੁਸੀਂ ਗਲਤ ਕੀਤਾ ਮੈਂ ਉਹਨੂੰ ਪਲਾਈਟਲੀ ਜਦਾਂ ਮੈਂ ਸਟੇਜ ਤੇ ਰਿਹਾ ਉਦੋਂ ਹੀ ਮੈਂ ਥੱਲੇ ਰਿਹਾ ਮੈਂ ਕੋਈ ਕਮੈਂਟ ਨਹੀਂ ਕੀਤਾ ਮੈਂ ਬੜੀ ਸ਼ਾਂਤੀ ਨਾਲ ਪੂਰਾ ਸਮਾ ਇੱਥੇ ਆ ਕੇ ਯੂਨੀਵਰਸਿਟੀ ਦੇ ਵਿੱਚ ਹੀ ਕਿਸੇ ਨੂੰ ਮਿਲਿਆ ਉਹ ਉੱਥੇ ਹੀ ਮੈਂ ਦੱਸਦਾ ਉੱਥੇ ਬੜੀਆਂ ਮਜ਼ੇਦਾਰ ਗੱਲਾਂ ਹੋਈਆਂ ਸਮਾਗਮ ਸਮਾਪਤ ਹੋਣ ਤੋਂ ਬਾਅਦ ਅਸੀਂ ਚਾਹ ਦਾ ਪਿਆਲਾ ਪੀਣਾ ਸੀ ਮੈਂ ਮੰਤਰੀ ਸਾਹਿਬ ਦੇ ਕੋਲੇ ਖੜ ਕੇ ਮੈਂ ਦੁੱਧ ਛਕਿਆ ਚਾਹ ਤਾਂ ਮੈਂ ਛਕਦਾ ਨਹੀਂ ਉਹਨੇ ਮੈਨੂੰ ਦੁੱਧ ਦਿੱਤਾ ਵੀ ਤੁਸੀਂ ਚਾਹ ਨਹੀਂ ਪੀਂਦੇ ਆ ਦੁੱਧ ਪੀ ਲਓ ਤੇ ਮੈਂ ਉੱਥੇ ਖੜ ਕੇ ਦੁੱਧ ਉਹਨਾਂ ਦੇ ਕੋਲੇ ਪੀਤਾ ਤੇ ਉਹ ਬੈਠੇ ਸੀ ਤੇ ਮੈਂ ਖੜਾ ਸੀਗਾ ਸਤਕਾਰ ਵਜੋਂ ਮੈਂ ਉਹਨਾਂ ਦੇ ਬਰਾਬਰ ਨਹੀਂ ਬੈਠਿਆ ਵੀ ਇਹ ਮੰਤਰੀ ਨੇ ਮੈਂ ਉਹਨਾਂ ਦੇ ਕੋਲੇ ਖੜਾ ਰਹਾ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਮੈਂ ਵੀ ਨਹੀਂ ਕੀਤੀ ਮੈਂ ਖੜਾ ਤਾਂ ਸੀ ਕੋਈ ਪਰਮ ਹੋਇਆ ਤਾਂ ਕਰ ਲੈਣ ਕਿ ਐਵੇਂ ਜ ਮਾਤੀ ਤੋਂ ਥੋੜਾ ਜਿਹਾ ਪਾਸੇ ਹੋਇਆ ਮੰਤਰੀ ਸਾਹਿਬ ਕੋਲੋਂ ਪਹਿਲਾ ਵਿਗਿਆਨੀ ਮੇਰੇ ਕੋਲ ਆਇਆ ਕਹਿੰਦਾ ਮੰਤਰੀ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ ਜੀ ਮੰਤਰੀ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ ਹਾਲਾਂਕਿ ਅਸੀਂ ਬਿਲਕੁਲ ਕੋਲੇ ਆਮੋ ਸਾਹਮਣੇ ਸੀਗੇ ਦੇਖੋ ਸਾਡਾ ਡਾਇਲੋਗ ਹੋ ਸਕਦਾ ਸੀ ਉਹ ਵੀ ਨਹੀਂ ਬੋਲੇ ਮੈਂ ਵੀ ਨਹੀਂ ਬੋਲੇ ਪਰ ਅਸੀਂ ਦੋਨੋਂ ਕੋਲੇ ਖੜੇ ਰਹੇ ਤੇ ਇਹ ਇੱਕ ਵਿਗਿਆਨੀ ਨੇ ਮੈਨੂੰ ਆ ਕੇ ਕਿਹਾ ਪਹਿਲਾ ਵਿਗਿਆਨੀ ਕਹਿੰਦਾ ਕਹਿੰਦਾ ਡਾਕਟਰ ਸਾਹਿਬ ਯੂ سپورਟ ਫਾਰਮਰਸ ਐਂਡ ਵੀ سپورਟ ਯੂ ਪਰ ਉਹਨੇ ਬੜਾ ਮੰਤੀ ਉਹ ਡਰ ਕੇ ਗਿਆ ਅਸੀਂ ਮੰਤੀ ਦੇ ਕੋਲੇ ਸੀਗੇ ਪਰ ਉਹ ਮੇਰੇ ਪੋਲੇ ਦਾ ਕੰਝ ਕੇ ਆ ਗਿਆ ਪਰ ਉਹਨੂੰ ਹੋ ਗਿਆ ਉਹਨੇ ਉਹਨੇ ਇਹ ਵੀ ਨਹੀਂ ਹੋਣ ਦਿੱਤਾ ਕਿ ਮੈਂ ਅਸੀਂ ਕੋਈ ਗੱਲ ਕੀਤੀ ਆ ਆਪਸ ਵਿਗਿਆਨੀ ਪੰਜਾਬ ਦੇ ਸਨ ਕਿ ਬਾਹਰੋਂ ਜੀ ਨਹੀਂ ਜੀ ਪੰਜਾਬ ਦਾ ਵਿਗਿਆਨੀ ਤਾਂ ਉੱਥੇ ਮੈਂ ਕੱਲਾ ਹੀ ਸੀ ਪੰਜਾਬ ਦਾ ਉੱਥੇ ਕੋਈ ਵਿਗਿਆਨੀ ਹੋਰ ਨਹੀਂ ਸੀਗਾ ਸੇ ਉਸ ਤੋਂ ਬਾਅਦ ਇੱਕ ਵਿਗਿਆਨੀ ਹੋਰ ਆਇਆ ਮੇਰੇ ਕੋਲ ਉਹ ਕਹਿੰਦਾ ਕਹਿੰਦਾ ਵੈਲ ਡਨ ਕਿਉਂ ਨੇ ਗ੍ਰੇਟ ਕਿਹਾ ਕੁਝ ਨਹੀਂ ਵੈਲ ਡਨ ਗਿਆ ਅਗਲੀ ਉਹਦੀ ਗੱਲ ਇਹ ਸੀ ਕਹਿੰਦਾ ਓਨਲੀ ਪੰਜਾਬੀਜ਼ ਕੈਨ ਡੂ ਇਟ ਅੱਛਾ ਮੈਂ ਥੋੜਾ ਬਾਹਰ ਨੂੰ ਆ ਕੇ ਚੱਲਣ ਗਿਆ ਤਾਮਿਲਨਾਡੂ ਦਾ ਇੱਕ ਬੰਦਾ ਮੇਰੇ ਕੋਲ ਹੈ ਕਹਿੰਦਾ ਉਹ ਉਹ ਨੇ ਸ਼ਬਦ ਜੀ ਕਹਿੰਦਾ आवर ਫਾਰਮਰਸ ਆਰ ਆਲਸੋ ਪ੍ਰੋਟੈਸਟਿੰਗ ਬਟ ਦੇ ਦੇ ਕੈਨ ਨਾਟ ਸ਼ੋ ਮਿਰਰ ਟੂ ਦਾ ਗਵਰਨਮੈਂਟ ਕਹਿੰਦਾ ਓਨਲੀ ਪੰਜਾਬੀਜ਼ ਕੈਨ ਡੂ ਇਟ ਕਹਿੰਦਾ ਵੀ ਸਾਡੇ ਵੀ ਲੋਕ ਕਰ ਰਹੇ ਨੇ ਇਹਦਾ ਰੋਸ ਪਰ ਉਹਨਾਂ ਚ ਇੰਨੀ ਜੋਰਤ ਨਹੀਂ ਕਿ ਸਰਕਾਰ ਨੂੰ ਸ਼ੀਸ਼ਾ ਦਿਖਾ ਦੇਣ ਵੀ ਆ ਗੱਲ ਹੈ ਤੇ ਉਹ ਕਹਿੰਦੇ ਤੁਸੀਂ ਉਹ ਹੀ ਕਰ ਸਕਦੇ ਹੋ ਸੋ ਇਦਾਂ ਦੇ ਪ੍ਰਤੀਕਰਮ ਉੱਥੋਂ ਮਿਲੇ ਖੇਤੀਬਾੜੀ ਯੂਨੀਵਰਸਿਟੀ ਤੋਂ ਮੈਨੂੰ ਮੇਰੇ ਮਿੱਤਰਾਂ ਦੇ ਇੰਨੇ ਫੋਨ ਆਏ ਰਹੇ ਰੱਬ ਦਾ ਨਾਮ ਮੈਂ ਉਹਨਾਂ ਦੁੱਖੀਆਂ ਮੰਗਦਾ ਮੈਂ ਸਾਰੇ ਸੁਣ ਨਹੀਂ ਸਕਿਆ ਕਿ ਹੁਣ ਮੈਂ ਇੱਥੇ ਬੈਠਾ ਸਵੇਰ ਦਾ ਤੇ ਮੇਰੇ ਬੜੇ ਸੀਨੀਅਰਾਂ ਦੇ ਮੈਨੂੰ ਫੋਨ ਆ ਰਹੇ ਨੇ ਮੈਂ ਉਹ ਵਿੱਚੋਂ ਮਿਸ ਹੋ ਰਹੇ ਪਰ ਜਿਨ੍ਹਾਂ ਨੇ ਵੀ ਦੇਖੋ ਮੇਰੇ ਮੇਰੇ ਪ੍ਰੋਫੈਸਰ ਅਮਰੀਕਾ ਕੈਨੇਡਾ ਬੈਠੇ ਨੇ ਮੇਰੇ ਪੀਐਚਡੀ ਦੇ ਗਾਈਡ ਨੇ ਮੈਨੂੰ ਕਾਲ ਕਰਕੇ ਇੰਨਾ ਉਤਸ਼ਾਹ ਦਿੱਤਾ ਕਹਿੰਦਾ ਵੀ ਕਾਕਾ ਤੈਨੂੰ ਪੀਐਡੀ ਕਰਾ ਕੇ ਮੇਰਾ ਮਾਣ ਵੱਧ ਗਿਆ ਵੀ ਇਹ ਬੱਚਾ ਇਹਨੂੰ ਕਹਿੰਦੇ ਮੈਂ ਆਪਣੀ ਧੀ ਨੂੰ ਆਪਣੇ ਬੱਚਿਆਂ ਨੂੰ ਉਹ ਮੈਨੂੰ ਹੀ ਦੱਸਦੇ ਸੀ ਕਹਿੰਦਾ ਮੇਰੀ ਬੇਟੀ ਸਵੇਰ ਦੀ ਲੱਗੀ ਹੋਈ ਹੈ ਵੀ ਇਹ ਸਾਰਿਆਂ ਨੂੰ ਮੈਂ ਪਛਾ DNA ਇਹ ਵੀਡੀਓ ਤੇ ਕਹਿੰਦੇ ਮੈਂ ਮਾ ਛਾਤੀ ਤੇ ਹੱਥ ਰੱਖ ਕੇ ਕਹਿ ਰਿਹਾ ਮੇਰਾ ਪਹਿਲਾ ਇਹ ਪੀਆਈਟੀ ਦਾ ਸਟੂਡੈਂਟ ਹੈ ਸੋ ਸਾਰਿਆਂ ਨੇ ਮਾਣ ਮਹਿਸੂਸ ਕੀਤਾ ਪੀਯੂ ਦੇ ਬਹੁਤ ਸਾਰੇ ਅਫਸਰ ਸੇਵਾ ਨੇ ਪੀਯੂ ਦੇ ਸਾਬਕਾ ਵਾਈਸ ਚਾਂਸਲਰ ਨੇ ਮੇਰੇ ਤੱਕ ਪਹੁੰਚ ਕੀਤੀ ਹੈ ਤੇ ਹੋਰ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਮੇਰੇ ਸਾਰੇ ਮਿੱਤਰ ਪ੍ਰੇਮੀ ਸਨੇਹੀ ਸਾਰਿਆਂ ਨੇ ਮੈਨੂੰ ਵਧਾਈਆਂ ਦਿੱਤੀਆਂ ਨੇ ਔਰ ਕਿਹਾ ਵੀ ਅਸੀਂ ਹਰ ਤਰ੍ਹਾਂ ਨਾਲ ਤੇਰੇ ਸਾਥ ਆ ਔਰ ਪੰਜਾਬ ਖੇਤੀਬੜ ਯੂਨੀਵਰਸਿਟੀ ਨੇ ਵੀ ਤੇ ਜਿਹੜੇ ਵਿਦਵਾਨ ਨੇ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਉਹ ਸਾਰਿਆਂ ਨੇ ਮੈਨੂੰ ਸੁਨਹਿਾਰੇ ਨੇ ਕਿ ਸਾਡੀ ਪੱਗ ਜਿਹੜੀ ਹੈ ਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹਨਾਂ ਨਾਲ ਉੱਚੀ ਹੋਈ ਹੈ ਕਿ ਅਸੀਂ ਉਹੋ ਜਿਹੀ ਵਿਗਿਆਨੀ ਪੈਦਾ ਕਰ ਸਕਦੇ ਹਾਂ ਜਿਹੜੇ ਖੋਜ ਹੀ ਨਹੀਂ ਕਰਦੇ ਉਹ ਸੱਚ ਤੇ ਵੀ ਖੜਦੇ ਨੇ ਡਾਕਟਰ ਸਾਹਿਬ ਪੰਜਾਬ ਖੇਤੀਬਾੜੀ ਵਿਸ਼ੇਸ਼ਟੀ ਜਿਹੜੀ ਹੈ ਮਾਨਮਤਾ ਅਦਾਰਾ ਰਿਹਾ ਹੈ ਖਾਸ ਤੌਰ ਤੇ ਉਤਰੀ ਭਾਰਤ ਦਾ ਜੇ ਮੈਂ ਕਹਾਂ ਬਲਕਿ ਸਾਰੇ ਭਾਰਤ ਦਾ ਵੀ ਕਹਿ ਲਈ ਤੇ ਕੋਈ ਹਤਕਤ ਨਹੀਂ ਨੇ ਬਹੁਤ ਦੇਣ ਹੈ ਪਰ ਕੁਝ ਸਮੇਂ ਤੋਂ ਇਸ ਤਰ੍ਹਾਂ ਲੱਗਦਾ ਕਿ ਆਬਸਲੀਟ ਹੋ ਚੁੱਕਾ ਹੈ ਕਿ ਬਹੁਤ ਜ਼ਿਆਦਾ ਇੱਥੇ ਕੰਮ ਨਹੀਂ ਹੋ ਰਿਹਾ ਪਰ ਕ੍ਰਾਂਤੀਕਾਰੀਆਂ ਪੰਜਾਬ ਖੇਤੀ ਬੜੀ ਵਿਰਸਤੀ ਤੁਸੀਂ ਸਾਂਝੀ ਦਿਓ ਕਿ ਤੁਹਾਡੇ ਇਸ ਕਾਰਜ ਦੇ ਨਾਲ ਕੋਈ ਹਲੋਣਾ ਮਿਲੇਗਾ ਤੇ ਕੋਈ ਨੌਜਵਾਨ ਵਰਗ ਜਾਂ ਤੁਹਾਡੇ ਨਾਲ ਦੇ ਜਿਹੜੇ ਕੋਲੀਗਜ਼ ਨੇ ਉੱਠ ਖੜਨਗੇ ਤੇ ਇਸ ਤਰ੍ਹਾਂ ਦੀ ਆਵਾਜ਼ ਉੱਠੇਗੀ ਦੇਖੋ ਮੈਂ ਮਹਿਸੂਸ ਕਰਦਾ ਜਿਵੇਂ ਮੈਂ ਇੱਕ ਕੋਰਸ ਪੜਾਉਣਾ ਮੇਰੇ ਕੋਲੇ 70 80 ਵਿਦਿਆਰਥੀ ਨੇ ਇਕੱਲੇ ਇਕੱਲੇ ਵਿਦਿਆਰਥੀ ਨੇ ਮੈਨੂੰ ਸੁਨੇਹਾ ਭੇਜਿਆ ਇਕੱਲੇ ਇਕੱਲੇ ਨੇ ਕਿ ਲੱਗਦਾ ਸਾਨੂੰ ਮਾਣ ਹੈ ਕਿ ਤੁਸੀਂ ਸਾਡੇ ਟੀਚਰ ਹੋ ਤੇ ਅਸੀਂ ਇਤੋਂ ਇੱਕ ਲੈਸਨ ਲੈ ਰਹੇ ਹਾਂ ਕੱਲ ਨੂੰ ਜਰੂਰ ਹੀ ਥੋੜੀ ਥਾਂ ਤੇ ਪਹੁੰਚਾਂਗੇ ਤੇ ਅਸੀਂ ਵੀ ਹਿੰਮਤ ਰੱਖਾਂਗੇ ਯੂਐਸਏ ਵਿੱਚ ਇੱਕ ਲੜਕੀ ਐਮਐਸਸੀ ਕਰ ਰਹੀ ਹੈ ਉਹ ਮੇਰੇ ਇੱਥੇ ਸਟੂਡੈਂਟ ਸੀ ਉਹਦਾ ਮੈਨੂੰ ਸਵੇਰੇ ਉੱਠਿਆ ਤੇ ਮੈਂ ਫੋਨ ਖੋਲਿਆ ਉਹਦਾ ਮੈਸੇਜ ਆਇਆ ਸੀ ਕਹਿੰਦੀ ਮੈਂ ਆਪਣੀ ਯੂਨੀਵਰਸਿਟੀ ਵਿੱਚ ਖੜ ਕੇ ਸਾਰਿਆਂ ਨੂੰ ਕਿਹਾ ਕਿ ਮੈਂ ਇਹ ਡਾਕਟਰ ਸਾਹਿਬ ਦੀ ਸਟੂਡੈਂਟ ਆ ਤੇ ਮਤਲਬ ਕਿਹਾ ਵਿਦਿਆਰਥੀ ਬਹੁਤ ਮਾਣ ਮਹਿਸੂਸ ਕਰ ਰਹੇ ਨੇ ਬਹੁਤ ਮਾਣ ਮਹਿਸੂਸ ਕਰ ਰਹੇ ਨੇ ਤੇ ਮੈਂ ਸਮਝਦਾ ਵੀ ਇਹ ਨਿੱਕੇ ਨਿੱਕੇ ਸਮੇਂ ਹੁੰਦੇ ਨੇ ਦੇਖੋ ਜਿਹੜੇ ਐਕਸ਼ਨ ਸਪੀਕ ਲਾਊਡਰ ਆਪੱਖ ਸੇਈ ਤੇਰਾ ਕਹਨੇ ਆ ਸਰਾ ਸੱਚ ਬੋਲੋ ਜੀ ਹਨਾ ਜੀ ਦੇਸ਼ ਭਗਤ ਬਣੋ ਜੀ ਮੈਂ ਦੇਸ਼ ਭਗਤੀ ਆਪਣੀ ਨਿਭਾ ਰਿਆ ਨਾ ਔਰ ਮੈਂ ਕੀ ਕਰ ਰਿਹਾ ਹਾਂ ਹਾਂ ਜੀ ਅਸੀਂ ਪਾਕਿਸਤਾਨ ਦਾ ਬਰਥਡੇ ਮਨਾਉਨੇ ਆ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਇਹ ਮਨਾਉਣ ਦਾ ਮਤਲਬ ਇਹ ਹੁੰਦਾ ਹੈ ਵੀ ਜਦੋਂ ਸਾਨੂੰ ਦੇਸ਼ ਦੇ ਲਈ ਸੱਚ ਬੋਲਣ ਦਾ ਮੌਕਾ ਮਿਲੇ ਅਸੀਂ ਆਪਣੇ ਅਹੁਦੇ ਆਪਣੀ ਤਰੱਕੀ ਆਪਣੇ ਨਿੱਜੀ ਫਾਇਦਿਆਂ ਤੋਂ ਉ ਤਾਂ ਉੱਠ ਕੇ ਗੱਲ ਕਰੀਏ ਜਿਹੜੇ ਕਿ ਅਸੀਂ ਕਰਦੇ ਨਹੀਂ ਆ ਤੇ ਮੈਨੂੰ ਲੱਗਦਾ ਇਹ ਨਿੱਕੇ ਨਿੱਕੇ ਘਟਨਾਮਾ ਇਤਿਹਾਸ ਨੂੰ ਜ਼ਿੰਦਾ ਰੱਖਦੀਆਂ ਨੇ ਉਹ ਸਮਰੱਥਾ ਬਖਸ਼ਦੀਆਂ ਨੇ ਕਿ ਸੱਚ ਤੇ ਖੜਨਾ ਚਾਹੀਦਾ ਸਰ ਸਾਹਿਬ ਦੋ ਛੋਟੇ ਛੋਟੇ ਸਵ ਦੇ ਵਿੱਚ ਮੈਨੂੰ ਪਤਾ ਤੁਸੀਂ ਸਵੇਰ ਦੇ ਇਸੇ ਕੰਮ 'ਚ ਲੱਗੇ ਹੋਏ ਹੋ ਜਵਾਬ ਦੇ ਰਹੇ ਸਾਡੇ ਵਰਗੇ ਵਿਅਕਤੀਆਂ ਨੂੰ ਪਹਿਲਾ ਸਵਾਲ ਦਾ ਇਹ ਕਿ ਕਿਸਾਨਾਂ ਦਾ ਜੋ ਅੰਦੋਲਨ ਚੱਲ ਰਿਹਾ ਹੈ ਉਹ ਤਿੰਨ ਆਰਡੀਨੈਂਸ ਵਾਪਸ ਹੋਣ ਦੀ ਗੱਲ ਹੋ ਰਹੀ ਆ ਕੀ ਤਿੰਨ ਆਰਡੀਨੈਂਸ ਵਾਪਸ ਜਦੋਂ ਹੋ ਜਾਣਾਂ ਉਮੀਦ ਇਹੋ ਹੀ ਰੱਖਦੇ ਆ ਸਰਕਾਰ ਦਾ ਰਵਈਆ ਬਹੁਤ ਢੀਡਲ ਹੈ ਜੋ ਵਾਪਸ ਹੋ ਜਾਂਦੇ ਨੇ ਤੇ ਕਿਸਾਨੀ ਦਾ ਮਸਲਾ ਕਿੰਨੇ ਕੋ ਫੀਸਦੀ ਹੱਲ ਹੋ ਜਾਂਦਾ ਕੀ ਇਸ ਨਾਲ ਜਿਵੇਂ ਸਾਡੇ ਕੇਸ ਸਮਝੀ ਬੈਠੇ ਨੇ ਵੀਰ ਭਰਾ ਕਿ ਸ਼ਾਇਦ ਇਸ ਨਾਲ ਕਿਸਾਨਾਂ ਨੂੰ ਕੋ ਮਿਲ ਜਾਵੇ ਪਰ ਉਹ ਤੇ ਸਥਿਤੀ ਪਹਿਲਾਂ ਵਾਲੀ ਬਰਕਰਾਰ ਰਹੇਗੀ ਜੋ ਮੈਂ ਸਮਝਦਾ ਤੁਸੀਂ ਇਸ ਬਾਰੇ ਥੋੜਾ ਜਿਹਾ ਕਲੀਅਰ ਕਰੋ ਦੇਖੋ ਜੀ ਤਾਂ ਆਏ ਆ ਵੀ ਜਿਵੇਂ ਤੂਫਾਨ ਆਇਆ ਹੋਏ ਘਟਲ ਜੂਗਾ ਜਿਹੜੀਆਂ ਪੁਰਾਣੀਆਂ ਧਰਾਤਲ ਦੀਆਂ ਸਮੱਸਿਆ ਨੇ ਉਹਦਾ ਹੱਲ ਹੋ ਜਾਣਗੀਆਂ ਇਹ ਤਾਂ ਵੀ ਜਿਵੇਂ ਉਜਾੜਾ ਹੋਣ ਲੱਗਿਆ ਉਹ ਉਜਾੜਾ ਬਚ ਜੂਗਾ ਜੇ ਆ ਗਿਆ ਫਿਰ ਤਾਂ ਸਾਰਾ ਹੀ ਹੁਜ ਗਿਆ ਗਿਆ ਨਾ ਫਿਰ ਤੱਕ ਕਿਸਾਨਾਂ ਨੇ ਜਿਹੜੀ ਉਹ ਗੱਲ ਬਹਾਦਰ ਨੇ ਕੀਤੀ ਸੀ 1710 ਵਿੱਚ ਸਤਲੁਜ ਤੇ ਜਮਨਾ ਦਾ ਇਲਾਕਾ ਦੋਨਾਂ ਨੂੰ ਆਪਾਂ ਦਬਾਅ ਕਹਿੰਦੇ ਆ ਜਿਹੜਾ ਇਹ ਸਤਲੁਜ ਤੇ ਜਮਨਾ ਦਾ ਦਬਾਅ ਸੀ ਨਾ ਇਹਦੇ ਉੱਤੇ ਬੰਦਾ ਬਹਾਦਰ ਨੇ ਇਹਨਾਂ ਨੂੰ ਮਜਾਰਿਆਂ ਤੋਂ ਜ਼ਿਮੀਂਦਾਰ ਬਣਾਇਆ ਸੀ ਜ਼ਿਮੀਂਦਾਰ ਹੋਣ ਲਈ ਇੱਕ ਅਵਾਰਡ ਸੀ ਕਿ ਮੈਂ ਜ਼ਿਮੀਂਦਾਰ ਆ ਉਹ ਜ਼ਿਮੀਂਦਾਰਾ ਖੁਸ਼ ਜਾਣਾ ਜੀ ਇਸ ਕਰਕੇ ਇਸ ਪਹਾੜ ਤੋਂ ਕਿਸਾਨੀ ਨੂੰ ਬਚਾਉਣਾ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ ਬੜੀਆਂ ਕਿਸਾਨੀ ਦੀਆਂ ਧਰਾਤਲ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਇਹਦਾ ਕੋਈ ਸਬੰਧ ਨਹੀਂ ਉਹਦੇ ਲਈ ਸਰਕਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਡਟ ਕੇ ਸਾਥ ਦੇਣਾ ਪਊਗਾ ਤੇ ਸਾਨੂੰ ਉਹਨਾਂ ਹੀ ਸਹਾਇਤਾ ਉਹਨੇ ਫੰਡ ਦੇਣੇ ਪੈਣਗੇ ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਾਹੀਂ ਕਿਸਾਨਾਂ ਤੱਕ ਨੀਆਂ ਚੰਗੀਆਂ ਤਕਨੀਕਾਂ ਨੇ ਖੇਤੀ ਦੇ ਨਵੇਂ ਢੰਗ ਨੇ ਉਹ ਪ੍ਰਚਲਿਤ ਕਰਨ ਦੇ ਲਈ ਉਹ ਕੰਮ ਤਾਂ ਸਾਡੇ ਵਿਗਿਆਨੀਆਂ ਦਾ ਕਰਨਾ ਹਜੇ ਬਾਕੀ ਹੈ ਉਹਦੇ ਵਿੱਚ ਸਰਕਾਰ ਨੂੰ ਉਦਾਂ ਦੀਆਂ ਪਾਲਿਸਿਜ਼ ਕਰਨੀਆਂ ਪੈਣੀਆਂਗੇ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਦੇ ਵਾਈਸ ਚਾਂਸਲਰ ਦੀ ਸਲਾਹ ਦੇ ਨਾਲ ਅਸੀਂ ਉਹ ਕੰਮ ਵੱਡੇ ਪੱਧਰ ਤੇ ਸਰਕਾਰਾਂ ਕਰਦੀਆਂ ਵੀ ਨਹੀਂ ਨਹੀਂ ਕਰਦੀਆਂ ਪਰ ਸਮੱਸਿਆਵਾਂ ਜਿਆਦਾ ਵੱਡੀਆਂ ਨੇ ਤੇ ਯਤਨ ਹਜੇ ਹੋਰ ਬਹੁਤ ਵੱਡੇ ਹੋਣੇ ਲੋੜਿੰਦੇ ਨੇ ਤੇ ਇਹਦੇ ਨਾਲ ਮੈਨੂੰ ਲੱਗਦਾ ਨਾ ਜਿਹੜੀਆਂ ਆ ਢਾਂਚੇ ਦੀ ਸਮੱਸਿਆ ਨਾ ਇਹ ਵੀ ਠੀਕ ਕਰੂਗੀ ਤਾਂ ਹੀ ਕੰਮ ਚੱਲੂਗਾ ਮਰਕੀ ਜੀ ਜਿਵੇਂ ਤੁਸੀਂ ਹੁਣ ਆਪਾਂ ਆਹੀ ਗੱਲ ਕਰਦੇ ਆਂ ਮਤਲਬ ਕਿ ਇਹ ਢਾਂਚਾ ਇਦਾਂ ਦਾ ਬਣ ਚੁੱਕਿਆ ਹੋਇਆ ਹੈ ਨਾ ਢਾਂਚੇ ਵਿੱਚ ਸੁਧਾਰ ਹੋਣਾ ਸਰਕਾਰੀ ਤੇ ਬਾਕੀ ਸਾਰੇ ਪੱਜ ਇੱਥੇ ਸੱਚ ਬੋਲਣ ਵਾਲੇ ਬੰਦੇ ਅੱਗੇ ਆ ਸਕਣ ਚੰਗੀਆਂ ਟੈਕਨੋਲੋਜੀਜ਼ ਅੱਗੇ ਆ ਸਕਣ ਤੇ ਕਿਸਾਨ ਤੱਕ ਪਹੁੰਚ ਸੋਣ ਉਹਦੇ ਲਈ ਬੜਾ ਵੱਡਾ ਕੰਮ ਕਰਨਾ ਬਾਕੀ ਹੈ ਤੇ ਉਹ ਸਾਨੂੰ ਕਰਨਾ ਪਵੇਗਾ ਇੱਥੋਂ ਇਸ ਮੋਰਚੇ ਨੂੰ ਖਤਮ ਕਰਨ ਤੋਂ ਬਾਅਦ ਸਮਾਂ ਦੇਣ ਲਈ ਬਹੁਤ ਥੈਂਕ ਯੂ ਤੁਹਾਡਾ ਧੰਨਵਾਦ ਤੇ ਆਖੀਰਲਾ ਸਵਾਲ ਇਹ ਹੈ ਜੀ ਕਿ ਪੁਰਸਕਾਰ ਹੈ ਕਿਹੜੀ ਗੱਲ ਦਾ ਸੀ ਕਿਹੜੇ ਕਿਹੜੇ ਖੇਤਰ ਦਾ ਤੁਹਾਨੂੰ ਪੁਰਸਕਾਰ ਦਿੱਤਾ ਜਾ ਰਿਹਾ ਸੀ ਪੁਰਸਕਾਰ ਇਦਾਂ ਹੈ ਕਿ ਫਰਟੀਲਾਈਜ਼ਰ ਐਸੋਸੀਏਸ਼ਨ ਆਫ ਇੰਡੀਆ ਪlant ਨਿਊਟ੍ਰੀਸ਼ਨ ਦੇ ਵਿੱਚ ਜਿਹੜੀ ਸਾਰੇ ਦੇਸ਼ ਵਿੱਚੋਂ ਉੱਤਮ ਖੋਜ ਹੁੰਦੀ ਹੈ ਉਹ ਉਹਨਾਂ ਖੋਜੀਆਂ ਨੂੰ ਇਹ ਸਨਮਾਨ ਮਿਲਦਾ ਹੈ ਮੇਰੇ ਨਾਲ ਜਿਹੜੇ ਮੇਰੀ ਟੀਮ ਸੀ ਜਦੇ ਵਿੱਚ ਤਿੰਨ ਵਿਗਿਆਨੀ ਹੋਰ ਸਨ ਡਾਕਟਰ ਪੀਜੇ ਸਿੰਘ ਡਾਕਟਰ ਰਾਜਕਮਾਰ ਗੁਪਤਾ ਤੇ ਡਾਕਟਰ ਓਮਪ੍ਰਕਾਸ਼ ਚੋਧਰੀ ਸਾਨੂੰ ਇਹ ਚਾਰਾਂ ਨੂੰ ਇਹ ਇਕੱਠਿਆਂ ਨੂੰ ਇਨਾਮ ਮਿਲਿਆ ਸੀਗਾ ਉਹ ਇਸ ਲਈ ਕਿ ਅਸੀਂ ਇੱਕ ਵਿਧੀ ਤਿਆਰ ਕੀਤੀ ਹੈ ਜਿਹਦੀ ਵਰਤੋਂ ਨਾਲ ਅਸੀਂ ਬੇਲੂੜੀ ਯੂਰੀਆ ਖਾਦ ਦੀ ਵਰਤੋਂ ਘਟਾ ਸਕਦੇ ਹਾਂ ਸੋ ਇਹ ਉਹ ਜੰਤਰਾ ਅਸੀਂ ਤਿਆਰ ਕੀਤਾ ਪੱਤਾ ਰੰਗ ਚਾਰਟ ਇਹ ਚਾਰ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸੇ ਵੀ ਖੇਤਰੀ ਖੋਜ ਕੇਂਦਰ ਤੋਂ, ਪਿਸ਼ੀ ਵਿਗਿਆਨ ਕੇਂਦਰ ਤੋਂ ਪ੍ਰਾਪਤ ਕਰ ਸਕਦੇ ਹੋ ਔਰ ਇਹਦੀ ਵਰਤੋਂ ਦੇ ਨਾਲ ਕਿਸਾਨ ਜਿਹੜੀ ਆਪਣੀ ਖਾਦ ਬੇਲੋੜੀ ਪਾਉਂਦਾ ਉਹ ਘਟਾ ਸਕਦਾ ਕਿਸਾਨ ਖਾਦ ਜਿਹੜੀ ਪਾਰ ਹੈ ਉਹ ਰੰਗ ਦੇਖ ਕੇ ਪਾ ਰਿਹਾ ਉਹ ਗਵਾਂਡੀ ਨੂੰ ਦੇਖ ਕੇ ਆਪਣੀ ਫਸਲ ਗੂੜੀ ਤੋਂ ਗੂੜੀ ਕਰਦਾ ਜਾਂਦਾ ਪਰ ਉਹ ਇਹ ਨਹੀਂ ਪਤਾ ਵੀ ਰੰਗ ਠੀਕ ਕਿਹੜਾ ਸੋ ਇਹ ਪੱਤਾ ਰੰਗ ਝਾੜ ਦੇ ਵਿਧੀ ਨਾਲ ਇਹ ਲੱਗ ਜਾਂਦਾ ਪਤਾ ਵੀ ਕਿਹੜੀ ਫਸਲ ਵਿੱਚ ਕਿੰਨਾ ਰੰਗ ਹੋਵੇ ਤਾਂ ਕਿੰਨੀ ਖਾਦ ਪਾਉਣੀ ਹੈ ਤੇ ਇਦਾਂ ਦੀ ਵਿਧੀ ਹੈ ਇਹ ਹਰ ਖੇਤ ਵਿੱਚ ਘੱਟੋ ਘੱਟ 25 ਕਿਲੋ ਯੂਰੀਆ ਤਾਂ ਬਚਾ ਹੀ ਦਿੰਦੀ ਹੈ ਪਰ ਇਹਦੀ ਸਮਰੱਥਾ ਜੋ ਕਿਸਾਨ ਕਰ ਰਿਹਾ ਉਹਦੇ ਹਿਸਾਬ ਨਾਲ ਕਿਸਾਨ ਜੋ ਕਰ ਰਿਹਾ ਇਹ ਉਹਦੇ ਮੁਕਾਬਲੇ ਤੇ ਪੰਜਾਬ ਤੋਂ 75 ਕਿਲੋ ਵੀ ਬਚਾ ਦਿੰਦੀ ਹੈ ਸੋ ਜੇ ਮੈਂ ਘੱਟ ਤੋਂ ਘੱਟ ਬਚਤ ਮੰਨਦਾ 25 ਕਿਲੋ ਦੀ ਤਾਂ ਸਾਡੇ ਪੰਜਾਬ ਦੇ ਵਿੱਚ 750 ਕਰੋੜ ਰੁਪਏ ਦੀ ਹਰ ਸਾਲ ਬਚਤ ਹੈ ਠੀਕ ਹੈ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਬਹੁਤ-ਬਹੁਤ ਧੰਨਵਾਦ